ਆਸਟ੍ਰੇਲੀਆ ਦੀ ਫਾਈਲਿੰਗ ਨੂੰ ਲੈ ਕੇ ਆਪਾਂ ਅਕਸਰ ਗੱਲ ਕਰਦੇ ਆਂ ਅੱਜ ਇੱਕ ਹੋਰ ਬੜੇ ਖਾਸ ਪੁਆਇੰਟ ਦੇ ਉੱਪਰ ਗੱਲ ਕਰਨੀ ਹੈ ਗੱਲ ਨਾਲ ਦੇ ਨਾਲ ਆਪਾਂ ਨਵੰਬਰ ਇਨਟੇਕ ਨੂੰ ਲੈ ਕੇ ਕਿਹੜੀਆਂ ਚੰਗੀਆਂ ਆਪਸ਼ਨਸ ਹਲੇ ਵੀ ਅਵੇਲੇਬਲ ਆ ਉਸਤੇ ਤਾਂ ਕਰਾਂਗੇ ਹੀ ਐਸਓਪੀ ਇੱਕ ਵੱਡਾ ਸਵਾਲ ਹੁੰਦਾ ਹੈ ਕਿਸ ਢੰਗ ਦੇ ਨਾਲ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਗਰ ਤੁਸੀਂ ਅਪਲਾਈ ਕਰਨਾ ਹੈ ਤਾਂ ਐਸਓਪੀ ਤੇ ਕੰਮ ਕੀਤਾ ਜਾਣਾ ਚਾਹੀਦਾ ਹੈ ਕਿੰਨੇ ਸ਼ਬਦਾਂ ਦੇ ਵਿੱਚ ਹੋਣੀ ਚਾਹੀਦੀ ਹੈ ਔਰ ਕੀ ਕੀ ਤੁਸੀਂ ਇਸ ਵਿੱਚ ਜ਼ਰੂਰ ਮੈਂਸ਼ਨ ਕਰਨਾ ਹੈ ਅੱਜ ਇਸ ਦੇ ਉੱਪਰ ਪੂਰੀ ਖੁੱਲਕੇ ਤੁਹਾਨੂੰ ਜਾਣਕਾਰੀ ਇਸ ਵੀਡੀਓ ਦੇ ذریعے ਸਾਂਝੀ ਕਰਨ ਜਾ ਰਹੇ ਹਾਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜ ਇੱਕ 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 ਖਾਸ ਪੁਆਇੰਟ ਤੁਹਾਡੇ ਨਾਲ ਸਾਂਝਾ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਮੈਮ ਦੇਖੋ ਆਪਾਂ ਤੁਸੀਂ ਹਮੇਸ਼ਾ ਹੀ ਆਪਣੇ ਇੰਨੇ ਸਾਲਾਂ ਦਾ ਜਿਹੜਾ ਤਜਰਬਾ ਹੈ ਉਸ ਦੇ ਨਾਲ ਸਟੂਡੈਂਟਸ ਨੂੰ ਗਾਈਡ ਕਰਦੇ ਹੋ ਅਵੇਅਰ ਕਰਦੇ ਹੋ ਜਿੱਥੇ ਆਪਾਂ ਗੱਲ ਆਸਟ੍ਰੇਲੀਆ ਦੀ ਕਰਦੇ ਆਂ ਇੱਕ ਇੱਕ ਪੁਆਇੰਟ ਦੇ ਉੱਪਰ ਸਹੀ ਢੰਗ ਨਾਲ ਕੰਮ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਮੈਂ ਜ਼ਰੂਰ ਚਾਹੂੰਗੀ ਐਸਓਪੀ ਦੇ ਉੱਪਰ ਤੁਸੀਂ ਸਟੂਡੈਂਟਸ ਨੂੰ ਕੀ ਗਾਈਡ ਕਰਨਾ ਚਾਹੋਗੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਵੇਂ ਹਰੇਕ ਆਪਣੀ ਲਾਈਫ ਨੂੰ ਲੈ ਕੇ ਚੀਜ਼ ਮੈਂਸ਼ਨ ਕਰਨੀ ਚਾਹੀਦੀ ਹੈ ਇਸ ਸਮੇਂ ਜਿਹੜਾ ਹਰ ਬੱਚਾ ਜਿਹੜਾ ਲੁਜ਼ਾਨ ਹੈ ਆਸਟ੍ਰੇਲੀਆ ਦਾ ਹਰ ਬੱਚਾ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ ਔਰ ਕਾਫੀ ਬੱਚਿਆਂ ਦੇ ਰਿਜੈਕਸ਼ਨ ਵੀ ਹੋਇਆ ਉਹ ਦੁਬਾਰਾ ਆਸਟ੍ਰੇਲੀਆ ਜਾਣਾ ਚਾਹੁੰਦੇ ਜਿਨ੍ਹਾਂ ਦੀ ਰਿਜੈਕਸ਼ਨ ਹੈ ਉਹਨਾਂ ਦਾ ਦੁਬਾਰਾ ਬੜਾ ਮੁਸ਼ਕਿਲ ਹੁੰਦਾ ਹੈ ਜੇ ਕੋਈ ਕਾਲਜ ਸੀਓਈ ਦੇ ਦੇ ਫਿਰ ਤੇ ਪੋਸੀਬਲ ਹੈ ਅਦਰਵਾਈਜ਼ ਬਹੁਤ ਮੁਸ਼ਕਿਲ ਹੁੰਦਾ ਹੈ ਹੁਣ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਐਸਓਪੀ ਦੇ ਬਾਰੇ ਸਟੇਟਮੈਂਟ ਆਫ ਪਰਪਸ ਔਰ ਜਿੰਨੇ ਜ਼ਿਆਦਾ ਰਿਜੈਕਸ਼ਨ ਹੋਇਆ ਉਹ ਹੋਇਆ ਸਟੇਟਮੈਂਟ ਆਫ ਪਰਪਸ ਦੇ ਕਾਰਨ ਹੁਣ ਸਟੂਡੈਂਟ ਹਾਈ ਕਮਿਸ਼ਨ ਦੇ ਕਲੀਅਰ ਹਦਾਇਤ ਹੈ ਕਿ ਸਾਨੂੰ 300 ਵਰਡਸ ਦੇ ਉੱਪਰ ਐਸਓਪੀ ਨਹੀਂ ਚਾਹੀਦਾ ਓਕੇ ਮੀਨਸ ਤੁਸੀਂ ਜਿਹੜਾ ਇਨ ਸ਼ਾਰਟ ਮੈਂ ਕੌਣ ਆ ਕਿੱਥੋਂ ਆਇਆ ਇਹ ਸਾਰੀ ਚ ਗੱਲਾਂ ਨਹੀਂ ਕਰਨੀਆਂ ਤੁਸੀਂ ਕਰਨਾ ਹੈ ਕਿ ਇਹ ਤੁਸੀਂ ਯੂਨੀਵਰਸਿਟੀ ਕਿਉਂ ਚੂਜ਼ ਕੀਤੀ ਹੈ ਤੁਸੀਂ ਇਹ ਕੋਰਸ ਦਾ ਤੁਹਾਨੂੰ ਕੀ ਫਾਇਦਾ ਹੈ ਔਰ ਇਹ ਤੁਸੀਂ ਕੋਰਸ ਕੰਪਲੀਟ ਕਰਕੇ ਇਹਨੂੰ ਇੰਪਲੀਮੈਂਟ ਆਪਣੇ ਫਿਊਚਰ ਚ ਕਿਦਾਂ ਕਰੋਗੇ ਮੀਨਸ ਰਿਸਰਚ ਜੀ 300 ਵਰਸ ਚ ਰਿਸਰਚ ਆ ਸਕਦੀ ਹੈ ਪ੍ਰੋਪਰ ਤਰੀਕੇ ਨਾਲ ਆ ਸਕਦੀ ਹੈ ਤੁਹਾਨੂੰ ਥੋੜਾ ਜਿਆਦਾ ਦੱਸਣਾ ਕਿ ਮੈਂ ਇਹ ਰਿਸਰਚ ਕੀਤੀ ਹੈ ਇਹ ਕੋਰਸ ਮੇਰੀ ਜ਼ਿੰਦਗੀ ਵਿੱਚ ਇਸ ਕਰਕੇ ਬੈਨੀਫਿਟ ਮਿਲੇਗਾ ਤਾਂ ਹੀ ਮੈਂ ਯੂਨੀਵਰਸਿਟੀ ਨੂੰ ਕੁਝ ਐਕਸਟਰਾ ਦੇ ਰਹੀ ਹਾਂ ਜੁਆਇਨ ਕੀਤਾ ਐਂਡ ਇਹ ਜਿਹੜਾ ਕੋਰਸ ਕਰਕੇ ਮੈਨੂੰ ਇਹ ਕਿਸਮ ਦੀ ਜੋਬ ਮਿਲ ਸਕਦੀਆਂ ਜਾਂ ਮੈਂ ਇਹਦਾ ਓਵਰਆਲ ਜਿਹੜਾ ਹੈ ਇੰਟਰਨੈਸ਼ਨਲ ਐਕਸਪੋਜ਼ਰ ਮਿਲ ਸਕਦਾ ਜੋ ਵੀ ਹੈ ਇਹ ਜੱਦ ਬੱਚਾ ਔਰ ਸਟੂਡੈਂਟ ਦੀ ਹੈਂਡ ਰਾਈਟਨ ਹੋਣੀ ਚਾਹੀਦੀ ਹੈ ਉਹਦੇ ਸਿਗਨੇਚਰ ਹੋਣੇ ਚਾਹੀਦੇ ਇਹ ਕੁਝ ਚੀਜ਼ਾਂ ਬੜੀ ਇੰਪੋਰਟੈਂਟ ਹੈ ਜਿਹੜੀ ਐਸਓਪੀ ਦੇ ਬਾਰੇ ਆ ਕਿਉਂਕਿ ਕੰਪਲੀਟ ਫਾਈਲ ਜਿਹੜਾ ਇਹ ਵੀਜ਼ਾ ਆਫੀਸਰ ਕੋਲ ਜਾਂਦੀ ਹੈ ਸ਼ਾਇਦ ਉਹਦੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਕਿ ਇਕੱਲਾ ਇਕੱਲਾ ਕਾਗਜ਼ ਦੇਖੇ ਉਹ ਐਸਓਪੀ ਨੂੰ ਹੀ ਦੇਖ ਕੇ ਹਾਂ ਜਾਂ ਨਾ ਕਰਦਾ ਜੀ ਜੀ ਤੇ ਇਸ ਕਰਕੇ ਐਸਓਪੀ ਇੱਕ ਬਹੁਤ ਇੰਪੋਰਟੈਂਟ ਰੋਲ ਹੈ ਐਸਓਪੀ ਦੇ ਉੱਪਰ ਧਿਆਨ ਦਿਓ ਤੇ ਤੁਹਾਡਾ ਵੀਜ਼ਾ ਡਿਸੈਕਸ਼ਨ ਨਹੀਂ ਹੋਏਗਾ एसओपी पर क्योंकि उस तो पहले जीटी यूनिवर्सिटी या कॉलेज ने कर ली है दैट मींस कि ਤੁਹਾਡੇ ਸਾਰੇ ਕਾਗਜ਼ ਠੀਕ ਹੈ ਯੂਨੀਵਰਸਿਟੀ ਨੇ ਦੇਖ ਲਿਆ ਹੁਣ ਤੁਹਾਡੀ ਐਸਓਪੀ ਦੇ ਉੱਪਰ ਜਿਹੜਾ ਪੂਰਾ ਧਿਆਨ ਰਹਿਣਾ ਜੀ ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ ਮੈਮ ਜਿਵੇਂ ਆਪਾਂ ਸਟੂਡੈਂਟਸ ਕਈ ਵਾਰੀ ਕਨਫਿਊਜ਼ ਹੋ ਜਾਂਦੇ ਨੇ ਪਹਿਲਾਂ ਤਾਂ ਕਈ ਵਾਰੀ ਅਸੀਂ ਕੇਸਿਸ ਦੇਖਿਆ ਬਹੁਤ ਲੰਬੇ ਲੰਬੀ ਐਸਓਪੀ ਲਿਖ ਦਿੱਤੀ ਜਾਂਦੀ ਹੈ ਤਾਂ ਐਗਜ਼ੈਕਟ ਆਪਣੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਆਪਣੇ ਜ਼ਿੰਦਗੀ ਦੇ ਮੋਟਿਵਜ਼ ਬਾਰੇ ਅਸੀਂ ਕਿਉਂ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਜਿਹੜਾ ਕੋਰਸ ਲਿਆ ਹੈ ਕਿ ਇਸ ਦੇ ਸਾਨੂੰ ਅੱਗੇ ਜਾ ਕੇ ਕੀ ਬੈਨੀਫਿਟਸ ਹੋ ਸਕਦੇ ਨੇ ਕਿ ਐਸੀਆਂ ਚੀਜ਼ਾਂ ਵੀ ਸਟੂਡੈਂਟ ਨੂੰ ਐਸਓਪੀ ਵਿੱਚ ਇਨਕਲੂਡ ਕਰਨੀਆਂ ਚਾਹੀਦੀਆਂ ਪ੍ਰੋਬਲਮ ਕੀ ਹੈ ਹਰਜੋਤ ਜਿਹੜਾ ਬੱਚਾ ਹੁੰਦਾ ਨਾ ਕੰਸਲਟੈਂਸੀ ਕੋਲ ਜੀ ਉਨੂੰ ਐਸਓਪੀ ਦੇ ਬਾਰੇ ਕਹੋ ਨਾ ਤੇ ਉਹ ਕੀ ਕਹੇਗਾ ਮੈਂ ਤੁਹਾਨੂੰ ਕਿਉਂ ਹਾਇਰ ਕੀਤਾ ਰਾਈਟ ਮਤਲਬ ਮੈਂ ਤੁਹਾਨੂੰ ਕਿਉਂ ਹਾਇਰ ਕੀਤਾ ਇਹ ਬੜਾ ਗਲਤ ਉਹਦਾ ਜਵਾਬ ਹੈ ਰੀਜ਼ਨ ਬੀਇੰਗ ਤੁਸੀਂ ਪੜਨ ਜਾ ਰਹੇ ਹੋ ਆਸਟ੍ਰੇਲੀਆ ਦੀ ਫਲਾਈਟ ਤੁਸੀਂ ਲੈਣੀ ਤੁਹਾਡੀ ਜਗ੍ਹਾ ਕੰਸਲਟੈਂਟ ਨੇ ਨਹੀਂ ਲੈਣੀ ਕਲਾਸ 'ਚ ਤੁਸੀਂ ਬੈਠਣਾ ਕੰਸਲਟੈਂਟ ਨੇ ਨਹੀਂ ਬੈਠਣਾ ਤੁਹਾਨੂੰ ਜੇ ਪਤਾ ਹੋਏ ਕਿ ਰੂਲ ਆ ਚੁੱਕਿਆ ਹੈ ਕਿ ਬੱਚਾ ਜਿਹੜਾ ਜਾਂਦੇ ਹੀ ਭਜਦਾ ਸੀਗਾ ਜਿਹੜੇ ਕੰਕਰੈਂਟ ਸੀਓਈ ਸੀ ਉਹ ਬੰਦ ਹੋ ਚੁੱਕੀ ਐ ਹੁਣ ਸਰਕਾਰ ਬਹੁਤ ਸਖਤ ਹੋ ਰਹੀ ਐ ਕਿ ਨਾਲ ਨਾਲ ਤੁਸੀਂ ਜਦ ਪੜਨਾ ਆ ਪੜਨਾ ਤੁਸੀਂ ਕਿਉਂ ਨਹੀਂ ਵੈਬਸਾਈਟ ਤੇ ਜਾ ਕੇ ਆਪਣਾ ਕੋਰਸ ਦੇਖਦੇ ਔਰ ਵੈਬਸਾਈਟ ਤੇ ਜਾ ਕੇ ਉਸ ਕੋਰਸ ਦਾ ਕੀ ਫਾਇਦਾ ਉਹਦੇ ਵਿੱਚ ਕੋਰਸ ਕੰਟੈਂਟ ਕੀ ਐ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਪਰ ਉਹਨੂੰ ਚੇਪਨਾ ਨਹੀਂ ਐ ਵੈਬਸਾਈਟ ਦੇ ਵਰਡ ਫਿਰ ਤਾਂ ਪਲੇਗ੍ਰੀਜ਼ਮ ਹੋ ਜਾਏਗਾ ਪਲੇਗ੍ਰੀਜ਼ਮ ਮੀਨਸ ਤੁਸੀਂ ਨਕਲ ਕਰਤੀ ਐ ਬਿਲਕੁਲ ਤੁਸੀਂ ਜੇ 6 ਬੈਂਡ ਆ ਤੁਹਾਡੇ ਤੁਸੀਂ 6 ਬੈਂਡ ਦੀ ਲੈਂਗੁਏਜ ਵਿੱਚ ਹੀ ਐਸਓਪੀ ਲਿਖੋ 300 ਵਰਡ ਜ਼ਿਆਦਾ ਵੀ ਨਹੀਂ ਹੁੰਦੇ ਤੇ ਜੇ ਤੁਸੀਂ ਉਹ ਲਿਖੋਗੇ ਔਰ ਤੁਸੀਂ ਉਹਦੇ ਨਾਲ ਥੋੜੀ ਜਿਹੀ ਰਿਸਰਚ ਕਰੋ ਹੋਰ ਦੋ ਯੂਨੀਵਰਸਿਟੀਆਂ ਨੂੰ ਦੇਖੋ ਕਿ ਉਹ ਯੂਨੀਵਰਸਿਟੀ ਜਿਹੜੀ ਐ ਇਸ ਯੂਨੀਵਰਸਿਟੀ ਜャ ਤੁਸੀਂ ਕਰ ਰਹੇ ਹੋ ਉਹਨੂੰ ਕਿਉਂ ਨਹੀਂ ਚੂਜ਼ ਕਰ ਰਹੇ ਇਹ ਚੀਜ਼ਾਂ ਜੇ ਤੁਹਾਡਾ ਇੰਟਰਵਿਊ ਵੀ ਯੂਨੀਵਰਸਿਟੀ ਲੈਂਦੀ ਉਸ ਟਾਈਮ ਵੀ ਇਹ ਚੀਜ਼ਾਂ ਦੱਸਣੀਆਂ ਐ ਐਸਓਪੀ ਵਿੱਚ ਵੀ ਇਹ ਲਿਖੋਗੇ ਭਾਈ ਚਾਂਸੰਬੈਸੇ ਦਾ ਇੰਟਰਵਿਊ ਆ ਜਾਏ ਫਿਰ ਵੀ ਤੁਸੀਂ ਇਹੀ ਬੋਲਣਾ ਤੇ ਇਹ ਚੀਜ਼ਾਂ ਤੋਂ ਐਸ ਅ ਸਟੂਡੈਂਟ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਇਸ ਤਾਂ ਹੀ ਤੁਹਾਡਾ ਵੀਜ਼ਾ ਸਕਸੈਸ ਰੇਟ ਵਧੇਗਾ ਜਦ ਤੁਸੀਂ ਕਹੋਗੇ ਕੰਸਲਟੈਂਟ ਹਾਇਰ ਕੀਤਾ ਉਹਨਾਂ ਦੀ ਜ਼ਿੰਮੇਵਾਰੀ ਹੈ ਤੇ ਫਿਰ ਕਿਉਂਕਿ ਕੰਸਲਟੈਂਟ ਤੇ ਕਿਸੇ professionl writer ਨੂੰ ਦੇ ਦੇਗਾ professionl writer ਤੁਹਾਡੇ ਬਾਰੇ ਕੁਝ ਜਾਣਦਾ ਹੀ ਨਹੀਂ ਹੈ ਇਹ ਤੁਹਾਡੀ ਆਪ ਦੇ ਰਿਸਰਚ ਹੋਣੀ ਚਾਹੀਦੀ ਹੈ ਬਾਰ ਬਾਰ ਇਹ ਗੱਲ ਮੈਂ ਕਹਾਂਗੇ ਕਿ ਐਸਓਪੀ ਦੇ ਉੱਪਰ ਸਟੂਡੈਂਟ ਆਪਣਾ ਧਿਆਨ ਬਹੁਤ ਜ਼ਿਆਦਾ ਦੇ ਤੇ ਜੇ ਐਸਓਪੀ ਦੇ ਉੱਪਰ ਧਿਆਨ ਦਿੱਤਾ ਹੈ ਤਾਂ ਤੁਹਾਡਾ 99% ਤੇ ਵੀਜ਼ਾ ਸਕਸੈਸ ਰੇਟ ਐਸਓਪੀ ਦੇ ਨਾਲ ਹੀ ਹੋ ਗਿਆ ਜੀ ਜੀ ਬਿਲਕੁਲ ਸਹੀ ਗੱਲ ਹੈ ਸੋ ਸਟੂਡੈਂਟਸ ਜ਼ਰੂਰ ਇਹਨਾਂ ਗੱਲਾਂ ਤੇ ਗੌਰ ਕਰਨ ਸੋ ਮੈਮ ਬੜੇ ਹੀ ਇੱਕ ਮਾਹਿਰ ਸਲਾਹ ਤੁਹਾਡੇ ਨਾਲ ਸਾਂਝੀ ਕਰਦੇ ਨੇ ਇਹਨਾਂ ਵੀਡੀਓਜ਼ ਦੇ ਜ਼ਰੀਏ ਤੇ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਅਵੇਅਰ ਹੋ ਇਹਨਾਂ ਚੀਜ਼ਾਂ ਨੂੰ ਲੈ ਕੇ ਗਲਤੀਆਂ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਨਵੰਬਰ ਇਨਟੇਕ ਦੀ ਮੈਮ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਕਿੰਨੀਆਂ ਚੰਗੀਆਂ ਆਪਸ਼ਨਸ ਸਟੂਡੈਂਟਸ ਖਾਸ ਕਰਕੇ ਪੰਜਾਬ ਐਂਡ ਹਰਿਆਣਾ ਦੇ ਸਟੂਡੈਂਟ ਦੇ ਜਿਹੜੇ ਸਵਾਲ ਹੁੰਦੇ ਨੇ ਵੀ ਜਿੱਥੇ ਅੱਛੀ ਸਾਨੂੰ ਵੀਜ਼ਾ ਚਾਂਸਸ ਦਿਖਦੇ ਹੋਣ ਕਿਹੜੀ ਕਿਹੜੀਆਂ ਐਸੀ ਆਪਸ਼ਨਸ ਅਵੇਲੇਬਲ ਨੇ ਨਵੰਬਰ ਇਨਟੇਕ ਲਈ ਦੇਖੋ ਸੱਤ ਯੂਨੀਵਰਸਟੀਆਂ ਹੈ ਜਿਹੜੀ ਨਵੰਬਰ ਇਨਟੇਕ ਦੇ ਰਹੀਆਂ ਹਨ ਹੈਨਾ ਕਿਸੇ ਵਿੱਚ ਬੈਚਲਰ ਹੈ ਕਿਸੇ ਵਿੱਚ ਮੈਕਸਿਮਮ ਚ ਮਾਸਟਰ ਹੈ ਬੈਚਲਰ ਬਹੁਤ ਕੱਟ ਹੋਏਗਾ ਯੂਨੀਵਰਸਟੀਆਂ ਚ ਔਰ ਜਿਹੜੇ ਬੱਚੇ 22 ਪਾਸ ਆਊਟ ਹੈ ਠੀਕ ਹੈ ਉਹਨਾਂ ਦੇ ਵਾਸਤੇ ਇਸ ਟਾਈਮ ਯੂਨੀਵਰਸਟੀਆਂ ਚ ਆਪਸ਼ਨ ਨਹੀਂ ਦੇ ਬਰਾਬਰ ਹੈ ਉਹ ਜੇ ਕਾਲਜ ਮਿਲਦਾ ਉਹਦੇ ਵਿੱਚ ਅਪਲਾਈ ਕਰ ਲੈਣ ਕਿਉਂਕਿ ਤੁਸੀਂ ਫੈਬ ਵਾਲੇ ਵਿੱਚ ਨਹੀਂ ਅਪਲਾਈ ਕਰ ਸਕਦੇ 2 ਸਾਲ ਦਾ ਗੈਪ ਆ ਜਾਏਗਾ ਹਜੇ ਜਿਹੜਾ ਕਾਲਜ ਤੁਹਾਨੂੰ ਮਿਲ ਰਿਹਾ ਤੁਸੀਂ ਉਹਦੇ ਵਿੱਚ ਅਪਲਾਈ ਕਰ ਲਓ ਕਿਉਂਕਿ ਕਾਲਜੇਸ ਦੇ ਵੀ ਵੀਜ਼ੇ ਆ ਰਹੇ ਆ ਇੰਦਾਂ ਨਹੀਂ ਕਾਲਜ ਇਹ ਨਾ ਇੱਕ ਬੜੀ ਸੋਈ ਹਟਕੀ ਹੋਈ ਹੈ ਬੱਚਿਆਂ ਦੀ ਕਿ ਯੂਨੀਵਰਸਿਟੀ ਜੇ ਨਾ ਯੂਨੀਵਰਸਿਟੀ ਚ ਉਹਨਾਂ ਦਾ ਪ੍ਰੋਫਾਈਲ ਜਿਹੜਾ ਹੁੰਦਾ ਨਹੀਂ ਆ ਮੰਨ ਲਓ ਪਰਸੈਂਟੇਜ ਘੱਟ ਹੈ ਜਾਂ ਆਰਟਸ ਬੈਕਗਰਾਉਂਡ ਹੈ ਤੁਸੀਂ ਯਕੀਨ ਨਹੀਂ ਕਰੋਗੇ ਕੱਲ ਵੀਜ਼ਾ ਆਇਆ ਸਾਡਾ ਕਾਲਜ ਦਾ ਵੀਜ਼ਾ ਮਾਸਟਰ ਬਾਈ ਰਿਸਰਚ 2 ਮਹੀਨੇ ਉਹਨਾਂ ਦੀ ਸੂਈ اٹਕੀ ਰਹੀ ਯੂਨੀਵਰਸਿਟੀ ਉਹਨਾਂ ਨੂੰ ਲੈ ਨਹੀਂ ਰਹੀ ਸੀਗੀ ਮਾਸਟਰ ਬਾਈ ਰਿਸਰਚ ਪ੍ਰੋਗਰਾਮ ਅੱਛਾ ਸੀ ਉਹਦੇ ਵਿੱਚ 5 ਸਾਲ ਦਾ ਪੋਸਟ ਸਟਡੀ ਵਰਕ ਪਰਮਿਟ ਮਿਲਦਾ ਹੈ ਔਰ ਪੀਆਰ ਵਾਸਤੇ 5 ਪੁਆਇੰਟ ਐਕਸਟਰਾ ਮਿਲਦੇ ਆ ਫਿਰ ਸਟੂਡੈਂਟ ਨੂੰ ਉਹਦੇ ਰਿਲੇਟਿਵਸ ਨੂੰ ਜਿਹੜੇ ਬਿਸਬਿੰਚ ਉਹਨਾਂ ਨੂੰ ਅਸੀਂ ਸਮਝਾਇਆ ਰਿਲੇਟਿਵ ਵੀ ਮੇਰੇ ਥਰੂ ਹੀ ਗਏ ਸੀਗੇ ਫਿਰ ਉਹਨਾਂ ਨੇ ਜਿਹੜਾ ਅਪਲਾਈ ਕੀਤਾ ਤੇ 5 ਦਿਨਾਂ ਚ ਆਟੋ ਗ੍ਰਾਂਟ ਆ ਗਿਆ ਉਸ ਵੀਜ਼ਾ ਦਾ ਔਰ ਜਦ ਕਿ ਸਪਾਊਸ ਕੇਸ ਹੈ ਓਕੇ ਹੈਨਾ ਤੇ ਇਹ ਨਹੀਂ ਕਾਲਜਿਸ ਦਾ ਵੀਜ਼ਾ ਜਿੱਦਾਂ ਇੱਕ 5 ਜਾਂ ਦੋ ਚ 5 ਉਹਨਾਂ ਦੇ ਵੀਜ਼ੇ ਵੀ ਬਹੁਤ ਆਏ ਆ ਸਾਡੇ ਨਹੀਂ ਆਣਾ ਤੇ ਯੂਨੀਵਰਸਿਟੀ ਚ ਵੀ ਨਹੀਂ ਆਣਾ ਔਰ ਜੇ ਆਣਾ ਤੇ ਕਾਲਜ ਚ ਵੀ ਆ ਜਾਣਾ ਬਸ ਐਸਓਪੀ ਦੇ ਉੱਪਰ ਤੁਸੀਂ ਧਿਆਨ ਦਿਓ ਔਰ ਬਾਕੀ ਚੀਜ਼ਾਂ ਸਾਡੇ ਉੱਪਰ ਛੱਡ ਦਿਓ ਸਾਡਾ ਮੇਰਾ 25 26 ਸਾਲ ਦਾ ਜਿਹੜਾ ਐਕਸਪੀਰੀਅੰਸ ਆ ਤੋ ਜ਼ੁਰਬਾ ਉਹ ਤੁਹਾਡੇ ਉੱਪਰ ਹੀ ਮਿਲਾਨੀ ਬਿਲਕੁਲ ਬਿਲਕੁਲ ਸਹੀ ਗੱਲ ਕਹੀਏ ਇਸੇ ਲਈ ਅਸੀਂ ਇਨਵਾਈਟ ਕਰਦੇ ਆ ਮੈਮ ਨੂੰ ਰੈਗੂਲਰਲੀ ਤਾਂ ਕਿ ਇਨਾਂ ਵੀਡੀਓਜ਼ ਦੇ ਜ਼ਰੀਏ ਜੋ ਤੁਹਾਡੇ ਸਵਾਲ ਆਉਂਦੇ ਆ ਉਹਨਾਂ ਦੇ ਹੀ ਜਵਾਬ ਅਸੀਂ ਮੈਮ ਤੋਂ ਲੈ ਤੇ ਮੈਨੂੰ ਉਮੀਦ ਹੈ ਕਿ ਬਹੁਤ ਸਾਰੇ ਸਟੂਡੈਂਟਸ ਦੇ ਬਹੁਤ ਸਾਰੇ ਕੁਇਰੀਜ਼ ਅਸੀਂ ਕਲੀਅਰ ਕਰ ਪਾਣੇ ਆ ਇਸ ਤੋਂ ਇਲਾਵਾ ਵੀ ਤੁਹਾਡਾ ਕੋਈ ਸਵਾਲ ਹੋਵੇ ਜਿਹੜਾ ਸਕਰੀਨ ਤੇ ਨੰਬਰ ਡਿਸਪਲੇ ਹੈ ਨੈਵੀਗੇਟਰ ওভারਸੀਜ਼ ਆ ਤੁਸੀਂ ਇਸ ਉੱਪਰ ਇਸ ਨੰਬਰ ਤੇ ਵੀ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਮੈਮ ਨੂੰ ਮਿਲਣਾ ਚਾਹੋ ਤਾਂ ਵੀ ਤੁਸੀਂ ਇੱਥੇ ਕਾਲ ਕਰਕੇ ਪਹੁੰਚੋ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਓ ਤਾਂ ਕਿ ਅਸੈਸਮੈਂਟ ਕਰਕੇ ਤੁਹਾਨੂੰ ਸਹੀ ਚੀਜ਼ਾਂ ਗਾਈਡ ਕੀਤੀਆਂ ਜਾ ਸਕਣ ਤੇ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਐਸਓਪੀ ਜਿਹੜਾ ਬਹੁਤ ਚੰਗਾ ਵੱਡਾ ਪੁਆਇੰਟ ਹੈ ਉਸ ਨੂੰ ਲੈ ਕੇ ਸਟੂਡੈਂਟਸ ਨੂੰ ਕਲੈਰਿਟੀ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚ ਆਪਣੇ ਆਪ ਲੈਣੀਆਂ ਮੈਕਸਿਮਮ ਕਾਲਜਸ ਤੋਂ ਨੂੰ ਇਨਸਟਰਕਸ਼ਨ ਹੈ ਔਰ ਮੈਨੂੰ ਕਾਲ ਦੇਣ ਔਰ ਜੜਾ ਵੀ ਕੋਈ ਸਟੂਡੈਂਟ ਹੈ ਜੜਾ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਉਹ ਕਦੇ ਵੀ ਗੱਲ ਕਰ ਸਕਦਾ ਹੈ ਥੈਂਕ ਯੂ ਸੋ ਮਚ ਇਹਦੇ ਨਾਲ ਮੈਨੂੰ ਦਿਓ ਇਜਾਜ਼ਤ ਜੀ ਜੀ ਬਿਲਕੁਲ ਸੋ ਅਗੋ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਸੰਦੇ ਹੋ ਜੀ ਇਜਾਜ਼ਤ ਥੈਂਕ ਯੂ ਸੋ ਮਚ